ਫਿਰੋਜ਼ਪੁਰ ਦੇ ਪਿੰਡ ਅਸਲ ਵਿੱਚ ਬੀਤੀ 11 ਜਨਵਰੀ ਨੂੰ ਪਤਨੀ ਅਤੇ ਆਪਣੇ ਦੋ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪਿਤਾ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਦੋਸ਼ੀ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 2 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ, ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਦੋਸ਼ੀ ਕਿਸਾਨ ਪਰਮਜੀਤ ਸਿੰਘ ਨੇ ਨਜਾਇਜ਼ ਸੰਬੰਧ ਦੇ ਸ਼ੱਕ ਦੇ ਆਧਾਰ ਤੇ 11 ਜਨਵਰੀ ਨੂੰ ਆਪਣੀ ਪਤਨੀ ਪਲਵਿੰਦਰ ਕੌਰ ਦਾ ਤੇਜ਼ਾ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਦੋਵੇਂ ਬੱਚਿਆਂ ਨੂੰ ਨਸ਼ੀਲੀ ਵਸਤੂ ਦੇਣ ਤੋਂ ਬਾਅਦ ਉਹਨਾਂ ਦਾ ਸਾਹ ਘੋੜ ਦਿੱਤਾ ਸੀ। ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਦਿਆਂ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਦਿੰਦਿਆਂ ਸਦਰ ਥਾਣਾ ਫਿਰੋਜ਼ਪੁਰ ਦੇ SHO ਮੋਹਿਤ ਧਵਨ ਨੇ ਦੱਸਿਆ ਕਿ ਦੋਸ਼ੀ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਆਧਾਰ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਜਿਹੜਾ ਆਸਲਾ ਪਿੰਡ ਕਤਲ ਹੋਇਆ ਹੈ, ਇਹ 11-10 ਤਰੀਕ ਨੂੰ ਪਹਿਲੇ ਮਹੀਨੇ ਦੀ 2019 ਦਾ ਪਰਚਾ ਅਸੀਂ ਦਰਜ ਕੀਤਾ ਸੀਗਾ 302 ਦਾ। ਉਹਦੇ ਵਿੱਚ ਜੀ 2 ਤਰੀਕ ਨੂੰ ਇਸ ਫਰਵਰੀ ਦੀ ਸਾਨੂੰ ਜਿਹੜਾ ਪਰਮਜੀਤ ਪੁੱਤਰ ਲਖਵੀਰ ਸਿੰਘ ਹੈ ਜਿਹੜਾ ਦੋਸ਼ੀ ਸੀਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਅਤੇ ਹੁਣ ਅਸੀਂ ਉਹਨੂੰ ਰਿਮਾਂਡ 'ਤੇ ਲਿੱਤਾ ਅਤੇ ਅੱਗੇ ਪੁੱਛਗਿੱਛ ਚੱਲ ਰਹੀ ਹੈ। ਕਾਰਨ ਕੀ ਸੀ ਸਰ ਇਹਦਾ? ਜੀ ਹਜੇ ਤੱਕ ਜੋ ਕਾਰਨ ਸਾਨੂੰ ਪ੍ਰੀਲਿਮਿਨਰੀ ਇਨਕੁਆਇਰੀ 'ਚ ਪਤਾ ਚੱਲੇ ਨੇ ਉਹ ਹੈ ਕਿ ਇਹ ਸ਼ੱਕ ਕਰਦਾ ਸੀ ਆਪਣੀ ਵਾਈਫ 'ਤੇ, ਉਹ ਕਾਰਨ ਕਿ ਇਹਨੇ ਆਪਣਾ ਜਿਹੜਾ ਉਹਨੂੰ ਮਾਰਿਆ। ਮਾਮਲਾ ਕੀ ਦਰਜ ਕੀਤਾ ਸਰ? ਹਾਂਜੀ ਮਾਮਲਾ ਕੀ ਦਰਜ ਕੀਤਾ ਇਹਦਾ? ਮਾਮਲਾ 302-120 ਦਾ ਮਾਮਲਾ ਦਰਜ ਕੀਤਾ ਸੀ। ਦੋਸ਼ੀ ਫੜਿਆ ਗਿਆ ਸਰ? ਹਾਂਜੀ ਦੋਸ਼ੀ ਫੜਿਆ ਗਿਆ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।